ਇਹ ਸਾਡੀਆਂ ਤੋਂ ਆਪ ਨੂੰ ਪਤਾ ਹੀ ਹੈ 2020 ਦੇ ਵਿੱਚ ਇਹ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਸੀ, ਉਹ ਮੰਗਾਂ 'ਤੇ ਜੋ ਕੋਈ ਅਸਰ ਨਹੀਂ ਕੀਤਾ, ਲਾਗੂ ਨਹੀਂ ਕੀਤੀਆਂ ਗਈਆਂ, ਇਸ ਕਰਕੇ ਅਸੀਂ ਸਾਨੂੰ ਦੁਬਾਰੇ ਇਹ ਫਿਰ ਇੱਥੇ ਆਉਣਾ ਪਿਆ। ਕਿਸੇ ਨਾ ਕਿਸੇ ਗੱਲ ਦਾ ਜਿਹੜੇ ਆਗੂ ਨੇ ਉਹਨਾਂ ਦਾ ਵੀ ਗੁੱਸਾ ਵੀ ਕਿਸੇ ਨਾ ਕਿਸੇ ਤੌਰ 'ਤੇ ਲਿਖਤੀ ਲੈਣਾ ਚਾਹੀਦਾ ਸੀ, ਉਹਨਾਂ ਦੀ ਜ਼ਬਾਨ 'ਤੇ ਭਰੋਸਾ ਨਾ ਕਰਦੇ। ਉਹਨਾਂ ਨੇ ਵੇਖੋ ਸਹਿਮਤੀ ਕਰਨੀ ਪੈਂਦੀ ਹੈ, ਜੋ ਆਪਾਂ ਚਾਰ ਬੰਦੇ ਉਹਨਾਂ ਨੇ ਕਹਿ ਦਿੱਤਾ ਸਰਕਾਰ ਨੇ ਵੀ ਇਹ ਤੁਹਾਡੀਆਂ ਅਸੀਂ ਲਾਗੂ ਕਰਾਂਗੇ। ਰਾਜਨੀਤਿਕ ਇੱਕ ਗੈਰ ਰਾਜਨੀਤਿਕ ਜੀ, ਜਿਹੜੀ ਗੈਰ ਰਾਜਨੀਤਿਕ ਆ, ਵੇਖੋ ਉਹਨਾਂ ਨੇ ਆਪਦਾ, ਉਹਨਾਂ ਦਾ ਧੰਨਵਾਦ ਹੈ ਜੀ ਉਹ ਸਾਡੇ ਨਾਲ ਆਉਣ, ਧੰਨਵਾਦ ਹੈ ਜੀ ਉਹਨੇ ਸਾਡੇ ਨਾਲ ਆਉਣਾ ਸੀ। ਵੇਖੋ ਜਿਹੜੇ ਗੈਰ ਰਾਜਨੀਤਿਕ ਹੈ, ਅਸੀਂ ਆਪਦਾ ਹੱਕ ਲੈਣ ਦੀ ਖਾਤਰ ਸਾਡੇ ਨਾਲ ਲੋਕ ਵੱਧ ਤੋਂ ਵੱਧ ਆਪ ਨੂੰ ਦਿਸ ਰਹੀ ਹੈ, ਬਹੁਤ ਜ਼ਿਆਦਾ ਭਾਰੀ ਇਕੱਠ ਹੈ ਖਨੌਰੀ ਬਾਰਡਰ 'ਤੇ, ਰੋਜ਼ ਜਵਾਨਾਂ ਦਾ ਹੋਸ਼, ਸਰਦਾਰ ਡੱਲੇ ਸਾਹਿਬ ਡੱਲੇਵਾਲ ਸਾਹਿਬ ਉਹਨਾਂ ਨੂੰ ਹੋਸ਼ ਦੇ ਵਿੱਚ ਰੱਖੇ ਹੋਏ ਹੈ ਕਿ ਵੀ ਜਿੰਨਾ ਚਿਰ ਹੁਕਮ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਅੱਗੇ ਨਹੀਂ ਵੱਧਦੇ, ਉਹਨਾਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸ਼ਾਂਤਮਈ ਬੈਠੇ ਹਾਂ। ਬਾਪੂ ਜੀ ਕਿਹੜੇ ਪਿੰਡ ਤੋਂ ਆਏ ਹੋ? ਅਸੀਂ ਬਾਜਾ ਖਾਨਾ ਪਿੰਡ ਦਾ, ਉਹਦੇ ਨੇੜੇ ਡੋਡ ਪਿੰਡ ਹੈ ਸਾਡਾ ਜੀ, ਫਰੀਦਕੋਟ ਡਿਸਟ੍ਰਿਕਟ ਹੈ। ਮੈਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਬਾਜਾ ਖਾਨਾ ਦੇ ਖਜ਼ਾਨਚੀ ਦੇ ਅਹੁਦੇ 'ਤੇ ਹਨ ਜੀ। ਅਤੇ ਹੁਣ ਯਾਨੀ ਕਿ ਕਿੰਨਾ ਕੁ ਜਿਹੜਾ ਰਾਸ਼ਨ ਪਾਣੀ ਲੈ ਕੇ ਹੋ, ਕਿੰਨੇ ਕੁ ਟਾਈਮ ਦਾ ਜਿਹੜਾ ਪ੍ਰਬੰਧ ਕਰਕੇ ਤੁਰੇ ਹੋ? ਸਾਡੇ ਲੋਕ ਸੇਵਾਦਾਰ, ਅਸੀਂ ਸਾਡੇ ਦੇਖ ਲਓ ਤੁਸੀਂ ਆਟਾ, ਸਾਰੇ ਭਾਂਡੇ, ਸਾਰਾ ਸਮਾਨ, ਚਾਹ ਗੁੜ ਸਾਰਾ ਕੁਛ ਵਿੱਚ ਆ, ਹਰੇਕ ਟਰਾਲੀ ਦੇ ਵਿੱਚ। ਅਤੇ ਸਾਨੂੰ ਲੋੜ ਹੀ ਨਹੀਂ ਪਈ, ਸਾਡੇ ਬਜ਼ੁਰਗ ਸਾਡੇ ਆ ਨੇੜੇ ਪਿੰਡਾਂ ਦੇ ਹਰਿਆਣੇ ਵਾਲੇ ਵੀਰਾਂ ਨੇ, ਅਤੇ ਸਾਨੂੰ ਕਰਮ ਤੁਰਦਿਆਂ ਫਿਰ ਲੰਗਰ, ਅਗਲੀ ਕਰਮ ਤੁਰਦਿਆਂ ਫਿਰ ਲੰਗਰ, ਅਤੇ ਸਾਨੂੰ ਪਕਾਉਣ ਦੀ ਲੋੜ ਨਹੀਂ ਪਈ। ਸਾਡੇ ਜਿਹੜੇ ਪ੍ਰਧਾਨ ਉਹ ਕਹਿ ਰਹੇ ਹੈ ਵੀ ਤੁਸੀਂ ਆਪ ਆਟਾ ਗੁੰਨੋ ਅਤੇ ਆਪਦੀਆਂ ਪਕਾਓ। ਅਸੀਂ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇੰਨੀ ਸੇਵਾ ਅਤੇ ਸਾਡੇ 'ਤੇ ਬਹੁਤ ਵੱਡਾ ਉਹ ਯੋਗ ਪਾ ਰਹੇ ਆ। ਜਿੱਦਾਂ ਸ਼ੰਭੂ ਬਾਰਡਰ 'ਤੇ ਆ ਜਿਹੜਾ, ਉੱਥੇ ਸਥਿਤੀ ਬੜੀ ਨਾਜ਼ੁਕ ਬਣੀ ਹੋਈ ਸੀ ਕੱਲ੍ਹ ਤੱਕ ਦੀ, ਕੱਲ੍ਹ ਤੋਂ ਬਾਅਦ ਥੋੜ੍ਹੀ ਸ਼ਾਂਤੀ ਹੋਈ ਆ, ਅੱਤਰੂ ਗੈਸ ਦੇ ਗੋਲੇ ਨੇ ਜਿਹੜੇ ਲਗਾਤਾਰ ਉਹ ਚੱਲਦੇ ਉਹ ਹੋਏ ਨੇ, ਅਤੇ ਇੱਥੇ ਜਿਹੜੀ ਸਥਿਤੀ ਆ ਕਿੰਨੀ ਕੁ ਖਰਾਬ ਸੀ? ਦੇਖੋ ਇਹ ਖੱਟਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਬਹੁਤ ਝਾੜ ਪਾਈ ਹੈ, ਕਿਉਂ ਅਸੀਂ ਵੀ ਭਾਰਤ ਦੇ ਨਾਗਰਿਕ ਹਾਂ, ਸਾਡੇ ਵੀ ਪੰਜਾਬ ਦੀ ਰਾਜਧਾਨੀ ਹੈ ਸਾਡੀ ਦਿੱਲੀ, ਅਤੇ ਸਾਡਾ ਵੀ ਹੱਕ ਬਣਦਾ ਸੀ ਆਪਦੀ ਦਿੱਲੀ ਰਾਜਧਾਨੀ। ਸੁਪਰੀਮ ਹਾਈ ਕੋਰਟ ਨੇ ਕਿਹਾ ਵੀ ਇਹ ਕਿਸਾਨਾਂ ਨੂੰ ਰੋਕ ਨਹੀਂ ਸਕਦੀ, ਕਿਸਾਨ ਆਪਦਾ ਜੋ ਆਪਦਾ ਪ੍ਰਦਰਸ਼ਨ, ਆਪਦੀ ਜੋ ਆਵਾਜ਼ ਆ ਉਹ ਉਠਾ ਸਕਦੇ ਆ, ਅਤੇ ਆਪੇ ਦਿੱਲੀ ਪ੍ਰਬੰਧ ਕਰੇ ਇਹਨਾਂ ਨੂੰ ਬੈਠਣ ਵਾਸਤੇ ਕੋ ਕੁਛ ਕਰੇ ਜੀ। ਹਾਂਜੀ। ਸੋ ਬਾਪੂ ਜੀ ਕਿੰਨੇ ਦਿਨ ਹੋ ਗਏ? ਚਾਰ ਦਿਨ ਹੋ ਗਏ ਨਿਕਲਿਆ ਨੂੰ? ਸਾਨੂੰ ਅਸੀਂ 11 ਤਰੀਕ ਤੋਂ ਘਰੋਂ ਤੁਰੇ ਹਾਂ, ਅਤੇ 12 ਤਰੀਕ ਨੂੰ ਅਸੀਂ ਰਸਤੇ ਦੇ ਵਿੱਚ ਇੱਕ ਰਾਤ ਕੱਟ ਕੇ 12 ਤਰੀਕ ਨੂੰ ਅਸੀਂ ਕਨੌਰੀ ਬਾਰਡਰ 'ਤੇ ਪਹੁੰਚੇ ਹਾਂ। ਅਤੇ ਫਿਰ ਘਰਦਿਆਂ ਨਾਲ ਗੱਲਬਾਤ ਹੁੰਦੀ, ਉਹ ਛੋਟੇ ਬੱਚੇ ਵੀ ਹੋਣਗੇ, ਉਹ ਕਹਿੰਦੇ ਨੇ ਵੀ ਬਾਪੂ ਜੀ ਘਰ ਨੂੰ ਆ ਜਾਓ? ਬਹੁਤ ਪੁੱਛਦੇ ਆ ਜੀ, ਬਿੰਦੇ ਫੋਨ ਆਉਂਦੇ ਆ, ਬਾਪੂ ਜੀ ਕਿਵੇਂ ਆ, ਸੁੱਖ ਸਾਂਦ ਆ, ਕਿਵੇਂ ਆ, ਤੁਹਾਡੀ ਇੱਧਰ ਵੀਡੀਓ ਆਈ ਜਾਂਦੀ ਆ, ਚੜ੍ਹਦੀ ਕਲਾ? ਹਾਂ ਬਹੁਤ ਪੁੱਛਦੇ ਆ, ਪਰਿਵਾਰ ਪੁੱਛਦਾ, ਪਰ ਵੇਖੋ ਕੋਈ ਵੀ ਬੰਦਾ ਵਿਹਲਾ ਨਹੀਂ। ਅਸੀਂ ਖੇਤੀ ਕਰਦੇ ਹਾਂ, ਸਾਨੂੰ ਖੇਤੀ ਦਾ ਬਹੁਤ ਕੰਮ ਹੁੰਦਾ, ਅਸੀਂ ਤੁਹਾਡਾ ਸਾਹ ਭਲਾ ਕਰੇ, ਕੋਈ ਵੀ ਬੰਦਾ ਵਿਹਲਾ ਨਹੀਂ, ਫਿਰ ਵੀ ਅਸੀਂ ਆਪਦੀਆਂ ਹੱਕਾਂ ਮੰਗਣ ਦੀ ਖਾਤਰ ਘਰ ਤੋਂ ਇੱਕ ਇੱਕ ਬੰਦਾ ਤਾਂ ਜ਼ਰੂਰ, ਕਈਆਂ ਘਰਾਂ 'ਚ ਤਾਂ ਦੋ ਦੋ ਬੰਦੇ ਵੀ ਜ਼ਰੂਰ ਆਏ ਆ। ਅਸੀਂ ਕੁਛ ਦਿਨ ਵਿਹਣੇ ਆ, ਅਤੇ ਸਾਡੇ ਮਾਈਆਂ ਬੀਬੀਆਂ ਵੀ ਪਿੱਛੇ ਰੌਲਾ ਪਾ ਰਹੀਆਂ ਵੀ ਅਸੀਂ ਵੀ ਆਵਾਂਗੇ। ਹਾਂਜੀ। ਸੋ ਬਾਪੂ ਜੀ ਕੀ ਕਹਿਣਾ ਚਾਹੋਗੇ ਕੇਂਦਰ ਦੀ ਸਰਕਾਰ ਨੂੰ? ਕੇਂਦਰ ਦੀ ਸਰਕਾਰ ਤਾਂ ਫਿਰ ਤੁਹਾਨੂੰ ਪਤਾ ਹੀ ਮਾੜੀ ਹੈ ਜੀ, ਕਿਉਂ ਜਦੋਂ ਜਿਹੜਾ ਹੱਕ ਆ ਕਿਸਾਨਾਂ ਦਾ ਬਣਦਾ ਹੱਕ ਆ ਉਹਨੂੰ ਦੇਣਾ ਚਾਹੀਦਾ। ਤੇ ਹੁਣ ਘਰ ਦੇ ਕੋਈ ਉਹ ਨਹੀਂ ਕਹਿੰਦੇ ਵੀ ਆ ਜਾਓ ਵਾਪਸੀ, ਉੱਤੇ ਬਹੁਤ ਉਹ ਹੁੰਦੇ ਆ ਘਰਦਿਆਂ ਨੇ ਤਾਂ ਵੀਰੇ ਕੀ ਕਹਿਣਾ, ਘਰ ਦੇ ਨਹੀਂ ਕੁਛ ਵੀ ਕਹਿੰਦੇ, ਠੀਕ ਹੈ ਨਾ। ਐਤਵਾਰ ਤੱਕ ਹੈ ਸਾਡੀ ਮੀਟਿੰਗ, ਪ੍ਰਧਾਨ ਜੀ ਜਿਵੇਂ ਕਹਿਣਗੇ, ਜੇ ਪ੍ਰਧਾਨ ਜੀ ਨੇ ਕਹਿੰਦਾ ਵੀ ਬਾਰਡਰ ਭੰਨੋ ਫਿਰ ਭੰਨਾਂਗੇ, ਕਹਿਣਗੇ ਹਜੇ ਬਸ ਉਹਨਾਂ ਦੇ ਹੁਕਮ ਤੇ ਗੱਲ ਟਿੱਕੀ ਹੋਈ ਆ, ਹੁਕਮ ਤੇ ਟਿੱਕੇ ਹੋਏ ਆ ਜੀ। ਸਰਕਾਰ ਕੋਲੇ ਉਹਨੇ ਹੈ ਨਹੀਂ ਜਿੰਨੇ ਉਹਨਾਂ ਨੂੰ ਚਾਹੀਦੇ ਆ ਮੁਲਾਜ਼ਮੋਂ, ਤੇ ਨੌਜਵਾਨ ਜ਼ਿਆਦੇ ਉਦੋਂ ਜਿਹੜੀ ਹੈਗੀ ਆ ਨੌਜਵਾਨ ਕਵਾਈ ਉਹ ਜ਼ਿਆਦੇ ਆ,
ਜੇ ਸਰਕਾਰ ਪ੍ਰਧਾਨ ਜੀ ਨੇ ਹੁਕਮ ਦੇਤਾ ਭੰਨ ਕੇ ਟੱਪ ਜਾਵਾਂਗੇ, ਕੋਈ ਚੱਕਰ ਨਹੀਂ, ਮਰ ਜਾਵਾਂਗੇ ਕੋਈ ਏਡੀ ਗੱਲ ਨਹੀਂ। ਜਿਵੇਂ ਹੁਣ ਇੱਥੇ ਜਿਹੜਾ ਸਰਕਾਰ ਨੇ ਖੱਟੜ ਸਰਕਾਰ ਨੇ ਅਥਰੂ ਗੈਸ ਦੇ ਗੋਲਿਆਂ ਨਾਲ ਸਵਾਗਤ ਕੀਤਾ, ਲੱਗਦਾ ਵੀ ਜਿਹੜਾ ਟਿੱਕਰੀ ਬਾਰਡਰ ਤੇ ਵੀ ਇਦਾਂ ਦਾ ਸਵਾਗਤ ਹੋ ਜੂਗਾ ਫਿਰ ਕਹਿੰਦਾ ਜੀ। ਜਿੰਨੇ ਮਰਜ਼ੀ ਟਿੱਕਰੀ ਬਾਰਡਰਾਂ ਦੇ ਜਿੰਨਾ ਮਰਜ਼ੀ ਗੋਲੇ ਚੱਲੀਆਂ, ਸਾਨੂੰ ਕੋਈ ਗੱਲ ਨਹੀਂ। ਬਹੁਤ ਬੁੱਧੀਮਾਨ ਬੰਦੇ ਆ, ਉਹ ਕਹਿੰਦੇ ਵੀ ਜਵਾਨਾਂ ਨੂੰ ਹੋਸ਼ ਵੀ ਰੱਖਣੀ ਤੇ ਜੋਸ਼ ਵੀ ਰੱਖਣਾ, ਕਿਉਂਕਿ ਪਰਸੋਂ ਵੀ ਜਦ ਉਹ ਮੀਟਿੰਗ ਲਈ ਜਾਣਾ ਸੀ ਉਹ ਜੋਸ਼ ਵੀ ਵਿਖਾਵਾਂਗੇ, ਪਰ ਉਹਨਾਂ ਤੋਂ ਹੁਕਮ ਤੋਂ ਬਿਨਾਂ ਨਹੀਂ, ਹੁਕਮ ਤੋਂ ਬਿਨਾਂ ਉਹਨਾਂ ਦਾ ਪੱਤਾ ਨਹੀਂ ਝੂਲਦਾ। ਜਦੋਂ ਸਾਡੇ ਪ੍ਰਧਾਨ ਜੀ ਹੁਕਮ ਕਰਨਗੇ, ਜਿਹੋ ਜਿਹਾ ਹੁਕਮ ਕਰਨਗੇ ਉਹੋ ਜਿਹਾ ਹੁਕਮ ਤੇ ਅਸੀਂ ਪਹਿਰਾ ਦੇਵਾਂਗੇ। ਪਰਸੋਂ ਵੀ ਜਾਣੀ ਕਿ ਜਦ ਉਹਨਾਂ ਨੇ ਮੀਟਿੰਗ ਲਈ ਜਾਣਾ ਸੀ ਉਦੋਂ ਵੀ ਉਹਨਾਂ ਨੇ ਪਹਿਲਾਂ ਸੰਗਤ ਤੋਂ ਪ੍ਰਵਾਨਗੀ ਲਈ, ਕਿਸਾਨਾਂ ਤੋਂ ਪ੍ਰਵਾਨਗੀ ਲਈ ਫਿਰ ਗਏ ਨੇ ਉਹ। ਹਾਂਜੀ, ਅਸੀਂ ਗੁਰੂ ਘਰਾਂ 'ਚ ਜੀ ਅਰਦਾਸ ਬੇਨਤੀ ਕਰਕੇ ਆਏ, ਪਹਿਲਾਂ ਗੁਰੂ ਸਾਹਿਬ ਨੂੰ ਮੰਨ ਕੇ ਆਏ ਹਾਂ ਜੀ ਵੀ ਸਾਡੀ ਚੜ੍ਹਦੀ ਕਲਾ ਹੋਵੇ, ਅਸੀਂ ਆਪਣੀਆਂ ਹੱਕਾਂ ਮੰਗਾਂ ਲਈ ਜਾਏ ਹਾਂ ਅਤੇ ਹੱਕਾਂ ਸਾਡੀਆਂ ਮੰਨ ਲੈਣ। ਜਿਸ ਟਾਈਮ ਅਸੀਂ ਘਰੋਂ ਤੁਰੇ ਹਾਂ, ਅਸੀਂ ਅਰਦਾਸ ਬੇਨਤੀ ਕਰਕੇ ਫਿਰ ਤੁਰੇ ਹਾਂ, ਹਾਂ ਵੀ ਜਿੱਤ ਕੇ ਮੋਰਚਾ ਜਾਈਏ।